ਹਾਂਜੀ ਅਸਲਾਮੁਅਲੈਕੁਮ ਬਾਈ ਜੀ, ਅੱਜ ਦਾ ਵਲੌਗ ਸ਼ੁਰੂ ਕਰਦੇ ਆ। ਅੱਜ ਸਬਜ਼ ਮੰਡੀ ਚਿਸ਼ਤੀਆਂ ਦੇ ਵਿੱਚ ਸਾਰੀਆਂ ਸਬਜ਼ੀਆਂ ਮਹਿੰਗੀਆਂ ਹੋ ਗਈਆਂ। ਅੱਜ ਫੜਿਆ ਨਹੀਂ ਫੜੇ ਜਾਂਦੇ ਬਾਈ ਜੀ ਜ਼ਿਮੀਦਾਰ ਜਿਹੜੇ ਸਬਜ਼ੀ ਲੈ ਕੇ ਆਏ ਆ। ਅੱਛਾ ਇਹ ਚੀਜ਼ਾਂ ਤਾਂ ਬਾਈ ਜੀ ਮੈਂ ਤੁਹਾਨੂੰ ਥੱਲੇ ਜਾ ਕੇ ਰੂਟੀਨ ਦੇ ਮੁਤਾਬਕ ਜਿੱਦਾਂ ਅਪਡੇਟ ਦਿੰਦਾ ਆ ਦੇ ਹੀ ਦੇਣੀ ਆ, ਲੇਕਿਨ ਅੱਜ ਮੈਂ ਆਪਣੇ ਦਿਲ ਦੀ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ। ਜਿਹੜੇ ਯੂਟਿਊਬਰਾਂ ਨੂੰ ਤੁਸੀਂ ਵਕਤ ਦੇ ਮੌਕੇ ਦੇ ਸਟਾਰ ਬਣਾਇਆ ਹੋਇਆ ਨਾ, ਇਹ ਤੁਹਾਡੇ ਬੱਚਿਆਂ ਦੀ ਤਬਾਹੀ ਦਾ ਸਬੱਬ ਬਣਨਗੇ, ਤਬਾਹੀ ਦਾ। ਇਹ ਮੇਰੀ ਗੱਲ ਅੱਜ ਲਿਖ ਲਓ, ਜੇ ਕੋਈ ਪਿਓ ਆਪਦੇ ਬੱਚਿਆਂ ਨੂੰ ਰੋਕ ਸਕਦਾ ਤੇ ਰੋਕ ਲਓ। ਬਾਹਰਲੀ ਦੁਨੀਆ ਦੇ ਵਲੌਗਰਾਂ ਨੂੰ ਸਬਸਕ੍ਰਾਈਬ ਕਰਕੇ ਦਿਓ ਆਪਣੀ ਔਲਾਦਾਂ ਨੂੰ। ਤੁਹਾਨੂੰ ਦੱਸਦੇ ਆ ਵੀਡੀਓ ਰਾਹੀਂ ਵੀ ਅਸੀਂ ਕੀ ਕੁਛ ਸਰਚ ਕਰਦੇ ਪਏ ਹਾਂ, ਅਸੀਂ ਕੀ ਕੁਛ ਕਿੱਥੇ ਪਹੁੰਚ ਗਈ ਆ ਦੁਨੀਆ, ਉਹ ਦੱਸਦੇ ਆ। ਆਪਣੇ ਵਾਲੇ ਕੀ ਕਰਦੇ ਆ, ਮਨ ਘੜਤ ਕਹਾਣੀਆਂ ਸੁਣਾਉਂਦੇ ਆ, ਮਾਂ ਦੇ ਨਾਲ ਪ੍ਰੈਂਕ, ਭੈਣ ਦੇ ਨਾਲ ਪ੍ਰੈਂਕ, ਬੀਵੀ ਦੇ ਨਾਲ ਪ੍ਰੈਂਕ। ਆਪਾਂ ਅੰਗਰੇਜ਼ ਨਹੀਂ ਆ, ਆਪਾਂ ਮੁਸਲਮਾਨ ਆ। ਇੱਜ਼ਤ ਆਪਣਾ ਕੋ ਗੈਰਤ ਨਾਲ ਰਿਸ਼ਤਾ ਹੈਗਾ। ਆਪਾਂ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਉਮਤ ਆ। ਖੁਦਾ ਦਾ ਹੀ ਵਾਸਤਾ ਬਾਈ ਜੀ, ਕੁਝ ਖਿਆਲ ਕਰ ਲਓ। ਇਹ ਪ੍ਰੈਂਕ ਵੇਖਦਿਆਂ ਵੇਖਦਿਆਂ ਆਪਣੀਆਂ ਔਲਾਦਾਂ ਨੇ ਹਕੀਕਤ 'ਚ ਕੁਛ ਕਰਨ ਲੱਗ ਪੈਣਾ, ਮੈਂ ਤੁਹਾਨੂੰ ਦੱਸ ਦਿੱਤਾ। ਯਾਦ ਰੱਖਿਓ, ਪਾਕਿਸਤਾਨੀਓ, ਆਪਦੇ ਹੱਥਾਂ ਨਾਲ ਆਪਦੇ ਪੈਰ ਤੁਸੀਂ ਵੱਢਦੇ ਪਏ ਆ। ਆਪਦੀ ਕਲਮ ਦੇ ਨਾਲ ਤੁਸੀਂ ਇਹ ਗੱਲ ਲਿਖਦੇ ਪਏ ਆ ਕਿ ਅਸੀਂ ਇੱਕ ਨੱਚਣ ਗਾਉਣ ਵਾਲੀ ਕੌਮ ਆ। 2024 'ਚ ਜਿਹੜੇ ਹਾਲਾਤ ਆ ਨਾ, ਅਗਰ ਹੋਰ 5-7 ਸਾਲ ਇਹੀ ਹਾਲਾਤ ਰਹੇ, ਤਬਾਹੋ ਬਰਬਾਦੀ ਆ, ਉਸ ਤੋਂ ਬਾਅਦ ਕੁਛ ਨਹੀਂ ਆ। ਫੇਸਬੁੱਕ, ਯੂਟਿਊਬ ਇਸ ਟਾਈਮ ਟ੍ਰੈਂਡਿੰਗ 'ਚ ਜਿਹੜੇ ਲੋਕ ਆ ਨਾ, ਉਹਨਾਂ ਨੇ ਜਿਹੜਾ ਮਾਹੌਲ ਬਣਾਇਆ ਆਵਾਮ, ਉਸੇ ਮਾਹੌਲ ਦੀ ਵੀਡੀਓ ਦੇਖ ਕੇ ਬਾਈ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰਦੀ ਆ, ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਗਾਂ ਸ਼ੇਅਰ ਕਰਦੀ ਆ। ਮੈਂ ਤੁਹਾਨੂੰ ਨਾ ਕੰਮ ਦੀਆਂ ਚੀਜ਼ਾਂ ਦੱਸੂੰਗਾ, ਨਾ ਮੈਂ ਆਪਣੇ ਘਰ ਦਾ ਮਾਹੌਲ ਦਿਖਾਉਣਾ, ਨਾ ਮੈਂ ਆਪਣੀ ਕੋਈ ਪਰਸਨਲ ਲਾਈਫ ਦੀ ਗੱਲ ਸ਼ੇਅਰ ਕਰਨੀ, ਨਾ ਮੈਂ ਤੁਹਾਨੂੰ ਕੋਈ ਆਪਦੇ ਰਿਸ਼ਤੇਦਾਰਾਂ ਦੀ ਪਾਰਟੀ ਦਿਖਾਉਣੀ, ਨਾ ਮੈਂ ਤੁਹਾਨੂੰ ਆਪਣੇ ਕੋਈ ਮਤਲਬ ਜਿਹੜੀ ਗੱਲ ਤੁਹਾਡੇ ਨਾਲ ਮੁਨਾਸਬ ਨਹੀਂ ਮੈਂ ਸਮਝਦਾ ਕਰਨੀ, ਉਹ ਮੈਂ ਕਿਉਂ ਕਰਾਂ। ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਤੁਹਾਨੂੰ ਕੋਈ ਆਪਣਾ ਵਲੌਗ ਦਿੰਦਾ ਆ ਤਾਂ ਮੈਂ ਤੁਹਾਡੇ 'ਤੇ ਆਸਾਨ ਨਹੀਂ ਕਰਦਾ। ਉਹ ਡਾਲਰ ਆਉਂਦੇ ਆ ਹਰ ਮਹੀਨੇ, ਪੰਡ ਆਉਂਦੀ ਆ ਡਾਲਰਾਂ ਦੀ ਪੰਡ, ਲੇਕਿਨ ਫਿਰ ਜ਼ਿਆਦਾ ਤੋਂ ਜ਼ਿਆਦਾ ਡਾਲਰ ਕਮਾਉਣ ਵਾਸਤੇ ਹੁਣ ਆਪਣੀਆਂ ਬੇਗਮਾਂ ਦਿਖਾਉਣ ਲੱਗ ਪਿਆ, ਆਪਦੀਆਂ ਮਾਵਾਂ ਦਿਖਾਉਣ ਲੱਗ ਪਿਆ, ਮਾਵਾਂ ਦੇ ਨਾਲ ਮਜ਼ਾਕ ਕਰਦੇ ਆ ਔਨ ਕੈਮਰਾ, ਬੀਵੀ ਆਪਣੇ ਸ਼ੌਹਰ ਦੇ ਮੂੰਹ 'ਤੇ ਚੰਡਾ ਮਾਰ ਦਿੰਦੀ ਆ। ਯਾਰ ਕੈਸਾ ਦੌਰ ਆ ਗਿਆ ਹੈ, ਕੈਸਾ ਕੀ ਸਿੱਖਣਗੇ ਸਾਡੇ ਬੱਚੇ। ਮੈਂ ਜਾ ਕੇ ਥੱਲੇ ਤੁਹਾਨੂੰ ਅਪਡੇਟ ਕਰਦਾ ਬਾਈ, ਮੈਂ ਦਿਮਾਗ ਖਪਾਈ ਜਾਂਦਾ ਐਵੇਂ ਤੁਹਾਡੇ ਨਾਲ, ਤੁਸੀਂ ਕਿਹੜਾ ਮੇਰੀ ਗੱਲ ਨੂੰ ਕਿਸੇ ਨੂੰ ਸੀਰੀਅਸ ਲੈਣਾ ਆ। ਆਜੋ ਰਾਸ਼ਦ ਬਾਈ, ਕੀ ਹਾਲ ਆ? ਰਾਸ਼ਦ ਬਾਈ ਗੱਲ ਦੂਸਰੀ ਕੋਈ ਨਹੀਂ, ਅੱਜ ਦੀ ਸੂਰਤ ਹਾਲ ਦੱਸ ਦੇ ਪਹਿਲੇ ਟਾਈਮ ਤੇ। ਅੱਲਾ ਦੀ ਕਸਮੇ, ਅੱਗ ਲੱਗੀ ਪਈ ਆ, 1000 ਰੁਪਏ ਦੀ ਧੜੀ, ਟਿੰਡੇ 1250 ਰੁਪਏ ਧੜੀ, ਕੱਤੂ ਜਿਹੜੇ ਨਹੀਂ ਕੂ ਲੈਂਦਾ ਸੀ, ਨਹੀਂ ਖਾਂਦਾ ਸੀ ਨਾ ਕੋਈ, ਉਹ 1200 ਰੁਪਏ ਧੜੀ, 1000 ਰੁਪਏ ਧੜੀ ਵੇਖੇ ਅੱਜ। ਕੱਤੂ ਸ਼ਰੀਫ, ਕੀ ਬਾਤ ਆ, ਜ਼ਿਮੀਦਾਰ ਤਾਂ ਛਾਲਾ ਮਾਰਦੇ ਹੋਣੇ ਅੱਜ। ਕਹਿੰਦੇ ਇੱਕ ਛਾਲਾ ਮਾਰਦੇ ਕੀ ਮਾਰਦੇ ਆ, ਪਿੰਡੀ ਕੱਲ ਨੇ ਵੇਚੀ 500 ਦੀ, ਅੱਜ ਮੁੱਲ ਲੱਗਿਆ 900, ਕਹਿੰਦਾ ਮੇਰੀ ਨਾ ਵੇਚੋ। ਓਏ ਪਿੱਛੋ ਜ਼ਿਮੀਦਾਰ ਨੇ ਕੀ ਛਾਲਾ ਮਾਰੀ? ਹਾਂਜੀ ਪਿੱਛੋ ਹੈ ਹੀ ਨਹੀਂ ਮਾਲ, ਪਿੱਛੋ ਮਾਲ ਵੀ ਹੈ ਨਹੀਂ, ਪਿੱਛੇ ਕਹਿੰਦੇ ਮਾਲ ਹੈ ਨਹੀਂ। ਮੈਂ ਤਾਂ ਕਹਿੰਦਾ ਲੋਕਾਂ ਦੀਆਂ ਫਰਿੱਜਾਂ 'ਚ ਗੋਸ਼ਤ ਮੁੱਕੀ ਜਾਂਦਾ ਖਰੇ, ਤਾਂ ਮਹਿੰਗਾ ਹੋ ਗਿਆ, ਲੇਕਿਨ ਸਬਜ਼ੀ ਮੁੱਕ ਗਈ ਪਿੱਛੇ, ਸਾਡੇ ਤੇ ਇੱਕ ਬੋਟੀ ਵੀ ਹੈ ਨਹੀਂ, ਅਸੀਂ ਕਿਸ ਹਾਏ ਸਦਕੇ ਜਾਵਾਂ। ਮੈਂ ਪੁੱਛਦਾ ਵੀ ਪਿੱਛੇ ਸਬਜ਼ੀ ਮੁੱਕ ਗਈ? ਗਰਮੀ ਬਹੁਤ ਪੈ ਗਈ ਨਾ ਪਿੱਛੇ, ਬਹੁਤ ਗਰਮੀ ਪੈ ਗਈ, ਉਹਨੇ ਵੱਲਾਂ ਦਿੱਤੀਆਂ ਸਾੜ, ਵੱਲਾਂ ਸੜ ਗਈਆਂ। ਗੱਲ ਹੋ ਗਈ ਬਾਈ ਜੀ, ਆਹ ਅਸਲ ਗੱਲ ਦੱਸੀ ਆ ਰਾਸ਼ਦ ਬਾਈ ਨੇ ਕਿ ਵੱਲਾਂ ਸੜ ਗਈਆਂ ਜਿਹਦੀ ਵਜ੍ਹਾ ਤੋਂ ਸਬਜ਼ੀ ਸ਼ਾਰਟ ਹੋ ਗਈ, ਤਾਂ ਰੇਟ ਚੜ ਗਏ ਆ। ਗਾਂ ਚੱਲਦੇ ਆ, ਇੱਥੇ ਬਾਈ ਹੁਣਾਂ ਕੋਲ ਵਾਹਵਾ ਸਬਜ਼ੀਆਂ ਪਈਆਂ। ਹਾਂਜੀ ਬਾਈ ਜੀ, ਕੀ ਹਾਲ ਆ?
ਠੀਕ ਹੋ ਭਰਾ ਜੀ? ਭਰਾ ਜੀ ਅੱਜ ਦੀ ਕੀ ਸੂਰਤ ਹਾਲ ਆ ਸਬਜ਼ ਮੰਡੀ ਚਿਸ਼ਤੀਆਂ ਦੀ? ਤੇਜ਼ੀ ਸੀ ਕਿੰਨੀ ਕੁ? ਬਸ ਵਾਹ ਵਾਹ ਤੇਜ਼ੀ ਸੀ ਹੈ। ਕਿਸਾਨ ਰਾਜ਼ੀ ਆ, ਜ਼ਿਮੀਦਾਰ ਰਾਜ਼ੀ ਆ, ਜ਼ਿਮੀਦਾਰ ਤਾਂ ਰਾਜ਼ੀ, ਪੂਰੀ ਜ਼ਿਮੀਦਾਰੀ ਨਾਲ ਜ਼ਿਮੀਦਾਰ ਦਾ ਸੌਦਾ ਵੇਚਿਆ ਹੈ। ਚਲੋ ਵੈਰੀ ਗੁੱਡ ਹੋ ਗਿਆ। ਅੱਜ ਬਾਈ ਜੀ ਅਰਬੀ ਦਾ ਛਾਪਰ 5 ਕਿਲੋ ਵਾਲਾ ਕਿੰਨੇ ਦਾ? 750 ਰੁਪਏ ਵਿਕੀ ਹੈ। ਭਿੰਡੀ ਕੱਦੂ ਦਾ ਰੇਟ ਜ਼ਿਆਦਾ ਸੀਗਾ, ਸਭ ਤੋਂ ਜ਼ਿਆਦਾ ਰੇਟ ਭਿੰਡੀਆਂ ਦਾ ਤੇ ਕੱਦੂਆਂ ਦਾ ਸੀ। ਕੱਦੂ 1000 ਰੁਪਏ ਦਾ ਵਿਕਿਆ ਤੇ ਭਿੰਡੀ ਵੀ 900 ਦਾ। ਤੇ ਟਿੰਡੇ ਬਾਈ ਜੀ ਬੜੇ ਮਹਿੰਗੇ ਹੁੰਦੇ ਆ, ਟਿੰਡੇ ਵੀ 600-700 ਰੁਪਏ ਦਾ ਵਿਕਿਆ। ਕੀ ਬਾਤ ਹੈ ਬਾਈ ਜੀ, ਚਲੋ ਮਿਹਰਬਾਨੀ, ਸ਼ੁਕਰੀਆ। ਆਹ ਬਾਈ ਹੁਣਾਂ ਨੇ ਇੱਥੇ ਲਾਈਆਂ ਭਿੰਡੀਆਂ, ਸੁਣਾਓ ਭਿੰਡੀ ਜੀ ਕੀ ਹਾਲ ਆ? ਠੀਕ ਠਾਕ ਤਾਏ ਨਾਲ, ਤਾਏ ਨਾਲ ਗੱਲ ਕਰਨ ਤਾਂ ਕੀ ਹਾਲ ਆ? ਬਿਹਤਰੀਨ। ਅੱਜ ਕਿੱਦਾਂ ਸੂਰਤ ਹਾਲ ਮੰਡੀ ਚਿਸ਼ਤੀਆਂ ਦੀ? ਤਿੱਖੀ ਅੱਜ ਹੈ ਭਿੰਡੀ, ਤਿੱਖੀ ਆ ਭਿੰਡੀ, ਤਿੱਖੀ ਆ। ਕਿੰਨੀ ਕੁ? 800 ਦਾ 5 ਕਿਲੋ। 800 ਦੀ 5 ਕਿਲੋ ਭਿੰਡੀ ਹੋਈ ਪਈ ਆ। ਕੱਲ ਪਰਸੋਂ ਕੀ ਰੇਟ ਸੀ ਭਿੰਡੀਆਂ ਦਾ? 500 ਦੀ ਸੀ। 500 ਦੀ 5 ਕਿਲੋ, 5 ਕਿਲੋ ਅੱਜ 800 ਦੀ 5 ਕਿਲੋ। ਤੇ ਦੂਜਾ ਹੋਰ ਕੋਈ ਸਬਜ਼ੀ ਵੀ ਵਧੀ ਆ? ਸਬਜ਼ੀਆਂ ਸਾਰੀਆਂ ਚੜ ਗਈਆਂ। ਹਾਂਜੀ ਸੁਣਾਓ ਬਾਈ ਜੀ ਕੀ ਹਾਲ ਆ, ਕੀ ਸੂਰਤ ਹਾਲ ਅੱਜ ਦੀ? ਅੱਜ ਦੇ ਹਾਲਾਤ ਮਾੜੇ ਹੀ ਆ ਜੀ, ਮਾੜੇ। ਅੱਗੇ 150 ਸੀ, ਅੱਜ 300 ਹੋ ਗਏ। ਜੋ ਹੀ ਮਰਮ ਜਿਹੜੇ ਨਿੰਬੂਆਂ ਨੂੰ ਅੱਗ ਲੱਗ ਗਈ ਹੈ ਜੀ। ਹਾਂ ਮਰਮਾਂ ਦੇ ਵਿੱਚ ਬਾਈ ਜੀ ਪਾਣੀ ਬੜਾ ਬਣਦਾ ਆ। ਨਿੰਬੂ ਅੱਗੇ ਸੀ 150 ਘੜੀ ਨਿੰਬੂ, ਤਾਂ ਨੂੰ ਕਰਕੇ ਵਿਖਾਈ ਨਾ ਕਿਹੜੇ ਆ ਨਿੰਬੂ। ਤਾਂ ਬਾਈ ਜੀ ਝੋਟੇ ਦੇ ਸਿਰ ਰਗੇ ਆ ਪਾਣੀ ਵਾਲੇ ਆ, ਇੱਕ ਨਿੰਬੂ ਚੋਂ ਘੜਾ ਪਾਣੀ ਦਾ ਨਿਕਲੂ ਮੇਰੇ ਹਿਸਾਬ ਨਾਲ। ਇਨਸ਼ਾਅੱਲਾ ਜੀ ਅਸੀਂ ਤੇ ਵੰਡਣਾ ਹੈ ਜੀ ਪਾਣੀ ਅੱਲਾ ਦੇ ਨਾਲ। ਚਲੋ ਵੈਰੀ ਗੁੱਡ, ਅੱਲਾ ਪਾਕ ਬਾਈ ਦਾ ਅਜਰ ਦੇਗਾ ਇਨਸ਼ਾਅੱਲਾ ਤਾਲਾ। ਜਨਾਬ ਜਨਾਬ ਆਓ, ਮੈਨੂੰ ਮਿਲਣਾ ਹੈ ਸ਼ਾਹ ਜੀ ਸੁਪਤੈਨ ਸ਼ਾਹ ਸਾਹਿਬ। ਇੱਧਰ ਬਾਈ ਉਹਨਾਂ ਨੇ ਬੈਂਗਣ ਲਾਏ ਆ, ਲੰਮੇ ਵੀ ਲਾਏ ਆ, ਗੋਲ ਵੀ ਲਾਏ ਆ। ਦੇਖੋ ਪੁੱਛ ਲਈ ਆ ਕੀ ਰੇਟ ਬਾਈ, ਲੰਮੇ ਬੈਂਗਣ ਕੀ ਰੇਟ ਆ? ਬਿਸਮਿਲਲਾ ਜੀ। ਤਾਇਆ ਜੀ ਕੀ ਹਾਲ ਆ? ਉਹ ਚੰਨ ਜੀ ਅੱਜ ਕੀ ਰੇਟ ਲਾਤੇ ਤੁਸੀਂ ਆਹ ਗੋਲ 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 ਬੈਂਗਣ? ਤੇ ਆਹ ਜਿਹੜੇ ਦੇਸੀ ਬੈਂਗਣ ਕਾਲੇ, ਇਹ 120 ਰੁਪਏ ਕਿਲੋ। ਇਹ ਬਾਈ ਜੀ 120 ਰੁਪਏ ਕਿਲੋ। ਇਹ 150 ਰੁਪਏ ਕਿਲੋ। ਤੇ ਭਿੰਡੀਆਂ ਦਾ ਛਾਪਰ ਕੋਲ ਰੱਖਿਆ, ਇਹ ਨਹੀਂ ਵੇਚਣੀਆਂ? ਇਹ 850 ਰੁਪਏ ਬੜਾ ਮਹਿੰਗਾ ਹੋ ਗਿਆ। ਅੱਗ ਲੱਗੀ ਪਈ ਆ, ਅੱਗਾਂ ਲਾ ਕੇ ਸਾਨੂੰ ਇਸ਼ਕੇ ਦੀਆਂ। ਅੱਜ ਤੇ ਮੈਨੂੰ ਲੱਗਦਾ ਅੱਜ ਤੇ 5-5 ਹਜ਼ਾਰ ਦੇ, ਅੱਜ ਤੇ 5-5 ਹਜ਼ਾਰ ਦੇ, ਅੱਜ ਤੇ ਦੰਦ ਨਿਕਲਦੇ ਪਏ ਆ। ਕਿਆ ਹੀ ਬਾਤ ਹੈ, ਅੱਜ ਤੇ ਹੈਪੀ ਟੂ ਯੂ। ਕਹਿੰਦਾ ਜਾਫਰ ਹੈਲੋ, ਕੀ ਹਾਲ ਚਾਲ ਆ ਭਾਜੀ? ਗਰਮੀ ਇੰਨੀ ਆ, ਕੀ ਕਰੇ? ਕਿੱਦਾਂ ਸੂਰਤ ਹਾਲ? ਕਿੱਦਾਂ ਅੱਜ ਤਾਂ ਅੱਗ ਲੱਗੀ ਪਈ ਆ, ਲੋਕੀ ਪਿੱਟੀ ਜਾਂਦੇ, ਕਹਿੰਦੇ ਸੌਦਾ ਹੀ ਬੜਾ ਮਹਿੰਗਾ ਹੋਇਆ ਪਿਆ ਮੰਡੀ ਚਿਸ਼ਤੀਆਂ। ਗਰਮੀ ਇੰਨੀ, ਫਲ ਝੜ ਗਿਆ ਸਬਜ਼ੀਆਂ, ਸਬਜ਼ੀ ਸੜ ਗਈ, ਵੱਲਾਂ ਸੜ ਗਈਆਂ ਹਨਾ, ਫਲ ਝੜ ਗਏ, ਫਲ ਝੜ ਗਏ, ਨਰਮੇ ਦਾ ਫਲ ਝੜੀ ਜਾਂਦਾ, ਨਰਮਾ ਵੀ ਝੜੀ ਜਾਂਦਾ। ਓਏ ਹੋਏ ਹੋਏ, ਪੰਜਾਬ ਦੇ ਵਿੱਚ ਸੁਣ ਲਓ ਬਾਈ, ਕਹਿੰਦੇ ਗਰਮੀ ਇੰਨੀ ਆ ਕਿ ਨਰਮਾ ਵੀ ਝੜੀ ਜਾਂਦਾ, ਇੱਦਾਂ ਵੀ ਹੋ ਜਾਂਦੀ ਆ? ਫੁੱਲ ਝੜ ਜਾਂਦਾ। ਓਏ ਹੋਏ, ਕਿੰਨਾ ਨੁਕਸਾਨ ਆ ਯਾਰ, ਉੱਤੋਂ ਕਣਕ ਦਾ ਰੇਟ ਨਹੀਂ ਲੱਗਣ ਦਿਆ, ਉੱਤੋਂ ਨਰਮਾ ਹੀ ਝੜੀ ਜਾਣ ਦਿਆ, ਮਰ ਜੂ ਸਾਡਾ ਕਿਸਾਨ ਤਾਂ ਵਿਚਾਰਾ। ਨਾਰਾ ਤਾਂ ਫਿਰ ਇੱਕ ਹੋਣਾ ਚਾਹੀਦਾ। ਹਾਂ ਮਾਰ ਦੇ, ਜਦੋਂ ਲੱਗ ਪਤਾ ਜਾਊਗਾ, ਮੀਆਂ ਜਦੋਂ ਆਏਗਾ ਲੱਗ ਪਤਾ ਜਾਏਗਾ। ਹਾਏ ਨਾਰੇ ਤਾਂ ਫਿਰ ਮੌਕੇ ਦੀ ਮੁਨਾਸਬਤ ਦੇ ਹਿਸਾਬ ਨਾਲ। ਹਾਂ ਪੁੱਤੇ ਠੀਕ ਠਾਕ ਆ, ਓਕੇ ਹੈਪੀ ਟੂ ਯੂ। ਭਾਈ ਜੀ ਨਾਸ਼ਤੇ ਹੋ ਰਹੇ ਆ, ਦੁੱਧ ਪੱਤੀਆਂ। ਹਾਂਜੀ ਨਾਸ਼ਤੇ, ਨਾਨ ਚਨੇ। ਹਾਂਜੀ ਕੀ ਬਾਜੀ? ਮਾਸ਼ਾਅੱਲਾ ਮਾਲ ਇਹਨਾਂ ਨੂੰ ਬਹੁਤ ਵੜਿਆ, ਮਾਸ਼ਾਅੱਲਾ ਮਾਲ ਖਾ ਰਹੇ ਨੇ। ਇਹ ਇਧਰੋਂ ਦੱਸੋ ਬਾਈ ਜੀ ਅੱਜ ਕੀ ਹੋਇਆ? ਮਾਲ ਇਹਨਾਂ ਨੂੰ ਵੜ ਗਿਆ ਬਹੁਤ ਜ਼ਿਆਦਾ, ਅੱਜ ਸਹੀ ਮਾਲ ਵੜਿਆ, ਅੱਜ ਮਾਲ ਮਾਸ਼ਾਅੱਲਾ ਠੀਕ ਵੜਿਆ ਨੇ। ਨਾਸ਼ਤੇ ਦੁੱਧ ਪੱਤੀਆਂ ਨਾਲ ਚਨੇ ਵਗੈਰਾ ਖਾ, ਨਾਸ਼ਤੇ ਖਾ ਕੇ ਮਾਸ਼ਾਅੱਲਾ ਯਾਸ਼ੀਆਂ ਕਰਨਗੇ। ਅੱਜ ਯਾਸ਼ੀਆਂ ਹੋ ਰਹੀਆਂ, ਅੱਜ ਮੰਡੀ ਇੰਨੀ ਤੇਜ਼ ਆ ਵੀ ਦੇਖ ਲਓ, ਲੋਕੀ ਕਹਿੰਦੇ ਅੱਜ ਇਹਨਾਂ ਨੂੰ ਬੜਾ ਹੀ ਮਾਲ ਵੜਿਆ। ਬਾਈ ਹੁਣੀ ਅੱਜ ਦੁੱਧ ਪੱਤੀਆਂ, ਨਾਨ ਚਨੇ ਤੇ ਬੋਤਲਾਂ ਕੋਕ ਦੀਆਂ, ਇਦਾਂ ਹੀ ਆ?
ਕੋਕ ਨਹੀਂ ਪੀਣੀ। ਵੈਰੀ ਗੁੱਡ ਸ਼ਹਿਜ਼ਾਦਾ, ਠੀਕ ਹੈ ਜੀ। ਸ਼ਹਿਜ਼ਾਦਾ ਬਾਈ, ਅੱਜ ਕਿਹੜੀ ਕਿਹੜੀ ਸ਼ੈ ਮਹਿੰਗੀ ਸੀ? ਅੱਜ ਕੋਈ ਚੀਜ਼ ਨਹੀਂ ਸੀ ਮਹਿੰਗੀ। ਓ ਯਾਰ, ਨਾਲ ਹੀ ਦੇਖ, ਨਾਲ ਹੀ ਨਾਲ ਹੀ ਇੱਧਰ ਚਾਚੂ, ਨਾਲ ਹੀ ਪੁੱਠਾ ਗੇਰ ਲਾਤਾ ਨਾ, ਹੈ ਨਾ, ਇਵੇਂ ਹੀ ਹੋਈ ਨਾ। ਅੱਜ ਸੌਦੇ ਸਬਜ਼ੀਆਂ ਚਾਚੇ ਕੋਲ ਸਾਰੀਆਂ ਆਉਂਦੀਆਂ, ਪੂਰੇ ਇਲਾਕੇ ਦਾ ਸੌਦਾ ਆਉਂਦਾ। ਚਾਚਾ ਜੀ, ਅੱਜ ਹੈਪੀ ਟੂ ਯੂ ਹੋ ਕੇ ਗਏ ਜ਼ਿਮੀਦਾਰ ਕਿ ਨਹੀਂ? ਅੱਜ ਕੀ ਰੇਟ ਸੀ ਚੀਜ਼ਾਂ ਦੇ? ਭਿੰਡੀ 800 ਤੋਂ 900। ਹਾਂਜੀ, ਤੋਰੀ 500 ਤੋਂ 600। ਅੱਛਾ, ਤੇ ਕੱਦੂ ਵੀ ਮਹਿੰਗਾ ਵਿਕਿਆ? ਕੱਦੂ ਸ਼ਰੀਫ 1000 ਰੁਪਏ ਦਾ, ਕੱਦੂ ਸਿੱਧਾ 1000 ਰੁਪਏ ਦਾ। ਟਿੰਡੇ? ਟਿੰਡਾ 500 ਰੁਪਏ। ਟਿੰਡਾ 500 ਰੁਪਏ। ਟਮਾਟਰ ਅੱਜ ਡਿੱਗਿਆ ਹੋਣਾ ਹੈ ਨਾ? ਮੂੰਹ ਸੁੱਕ ਗਿਆ ਸੀ ਬਾਈ ਜੀ।